ਸਾਡੇ ਬੱਚਿਆਂ ਨਾਲ ਜਦੋਂ ਅਸੀਂ ਸੰਪਰਕ ਕਰਦੇ ਹਾਂ ਤਾਂ ਉਹ ਬੱਚੇ ਕਾਫੀ ਘਬਰਾਏ ਹੋਏ ਮਤਲਬ ਡਰੇ ਹੋਏ ਨੇ ਛੋਟੇ ਬੱਚੇ ਨੇ ਬੰਬਾਰੀ ਤੋਂ ਵੀ ਡਰਦੇ ਨੇ ਕਿ ਉਹਨਾਂ ਨੂੰ ਕਹਿ ਰਹੇ ਸੀ ਵੀ ਕੋਈ ਜੰਗ ਨਹੀਂ ਹੋਣੀ ਤੁਸੀਂ ਜਾਣਾ ਨਹੀਂ ਹਾਲੇ ਬੱਚਿਆਂ ਨੇ ਤਾਂ ਕਰਕੇ ਬੱਚੇ ਟਿਕਟਾਂ ਬੁੱਕ ਨਹੀਂ ਕਰਾ ਰਹੇ ਸਾਨੂੰ ਕੋਈ ਪਤਾ ਨਹੀਂ ਸੀਗਾ ਇਸ ਬਾਰੇ ਵੀ ਐਸਲੋਟ ਹੋ ਜਾਏਗਾ ਵਾਰ ਵਾਰ ਇਹਨਾਂ ਸੰਪਰਕ ਦੇ ਵਿੱਚ ਕੱਲ੍ਹ ਨੂੰ ਨੈੱਟਵਰਕ ਵੀ ਟੁੱਟ ਜਾਣਾ ਬੱਚਿਆਂ ਦਾ ਸੰਪਰਕ ਸਾਡੇ ਨਾਲ ਟੁੱਟ ਜਾਣਾ ਸਾਡੇ ਕੋਈ ਪੇਰੈਂਟਸ ਨੂੰ ਜਾਂ ਯੂਨੀਵਰਸਿਟੀ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਕਿ ਇੱਥੇ ਮਾਹੌਲ ਖਰਾਬ ਹੈ ਅਤੇ ਬੱਚਿਆਂ ਨੂੰ ਇੱਥੋਂ ਵਾਪਸ ਬੁਲਾਇਆ ਜਾਵੇ ਭਾਵੇਂ ਪਿਛਲੇ ਦਿਨ ਸਾਰੇ ਪਰਿਵਾਰ ਨੇ ਟਿਕਟਾਂ ਬੁੱਕ ਕਰਵਾ ਦਿੱਤੀਆਂ ਸੀਗੀਆਂ ਅਤੇ ਬੱਚਿਆਂ ਨਾਲ ਰਾਬਤੇ ਕਾਇਮ ਕਰਕੇ ਪਰ ਬੱਚੇ ਸਾਡੇ ਉੱਥੇ ਹੀ ਨੇ ਬੱਚੇ ਹਜੇ ਸਾਡੇ ਵਾਪਸ ਨਹੀਂ ਪਹੁੰਚੇ ਹੁਣ ਉਹਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਆਪਣੇ ਜਿੱਥੇ ਵੀ ਉਹ ਠਹਿਰੇ ਹੋਏ ਨੇ ਚਾਹੇ ਹੋਸਟਲ ਅੰਦਰ ਨੇ ਚਾਹੇ ਪੀਜੀ ਅੰਦਰ ਨੇ ਉਹ ਬਾਹਰ ਨਾ ਆਉਣ ਔਰ ਆਪਣਾ ਅੰਦਰ ਹੀ ਰਹਿਣ ਰੂਸ ਨੇ ਜਿਹੜਾ ਹਮਲਾ ਕੀਤਾ ਯੂਕਰੇਨ ਦੇ ਉੱਤੇ ਉਹ ਅਣਦੱਸਿਆ ਹਮਲਾ ਸੀ ਜਿਹਦੇ ਵਿੱਚ ਸਾਡੇ ਬੱਚੇ ਗਏ ਹੋਏ ਨੇ ਸਟੱਡੀ ਵੀਜ਼ਾ ਦੇ ਉੱਤੇ ਪੜ੍ਹਨ ਗਏ ਸੀ MBBS ਕਰਨ ਗਏ ਹੋਏ ਨੇ ਉੱਥੋਂ ਦੇ ਹਾਲਾਤ ਸੀ ਜਿਹੜੇ ਇਸ ਤਰ੍ਹਾਂ ਦੇ ਬਣ ਗਏ ਕਿ ਅਚਨਚੇਤ ਜਦੋਂ ਹਮਲਾ ਕੀਤਾ ਗਿਆ ਸਾਡੇ ਬੱਚੇ ਨੇ ਜਿਹੜੇ ਉਹ ਬਹੁਤ ਘਬਰਾਹਟ ਦੇ ਵਿੱਚ ਸਾਡੇ ਬੱਚਿਆਂ ਨਾਲ ਜਦੋਂ ਅਸੀਂ ਸੰਪਰਕ ਕਰਦੇ ਹਾਂ ਤਾਂ ਉਹ ਬੱਚੇ ਕਾਫੀ ਘਬਰਾਏ ਹੋਏ ਮਤਲਬ ਡਰੇ ਹੋਏ ਨੇ ਛੋਟੇ ਬੱਚੇ ਨੇ ਬੰਬਾਰੀ ਤੋਂ ਵੀ ਡਰਦੇ ਨੇ ਸਾਨੂੰ ਅਜਿਹਾ ਕੋਈ ਵੀ ਪਹਿਲਾਂ ਸੂਚਨਾ ਨਹੀਂ ਦਿੱਤੀ ਗਈ ਤੁਹਾਡੇ ਬੱਚਿਆਂ ਨੂੰ ਅਸੀਂ ਮਤਲਬ ਵਾਪਸ ਭੇਜ ਦਈਏ ਵੀ ਇੱਥੇ ਹਾਲਾਤ ਅਜਿਹੇ ਬਣਦੇ ਨੇ ਬਟ ਹੁਣ ਅਸੀਂ ਵਾਰ ਵਾਰ ਇਹਨਾਂ ਸੰਪਰਕ ਦੇ ਵਿੱਚ ਕੱਲ੍ਹ ਨੂੰ ਨੈੱਟਵਰਕ ਵੀ ਟੁੱਟ ਜਾਣਾ ਬੱਚਿਆਂ ਦਾ ਸੰਪਰਕ ਸਾਡੇ ਨਾਲ ਟੁੱਟ ਜਾਣਾ ਸਾਡੇ ਆਪਸੀ ਕਾਫੀ ਮਤਲਬ ਸਹਿਮੇ ਹੋਏ ਨੇ ਸਾਰੇ ਪਰਿਵਾਰ ਸਾਨੂੰ ਵੀ ਡਰ ਸਤਾ ਰਿਹਾ ਇਸ ਗੱਲ ਦਾ ਅਸੀਂ ਵਾਰ ਵਾਰ ਉਹਨਾਂ ਨਾਲ ਅੰਬੈਸੀ ਨਾਲ ਵੀ ਗੱਲਬਾਤ ਕਰ ਰਹੇ ਹਾਂ ਇਸ ਸੰਬੰਧੀ ਪਰ ਉਹ ਬੱਚਿਆਂ ਨੂੰ ਖਾਣੇ ਸੰਬੰਧੀ ਜਾਂ ਹੋਰ ਸਮੱਸਿਆਵਾਂ ਨੇ ਬਹੁਤ ਸਾਰੀਆਂ ਨੇ ਘੇਰਿਆ ਹੋਇਆ ਜਿਹੜੇ ਬੰਕਰ ਦੇ ਵਿੱਚ ਰਹਿ ਰਹੇ ਨੇ ਬੱਚੇ ਅੱਜ ਅਸੀਂ ਡਿਪਟੀ ਕਮਿਸ਼ਨਰ ਮਾਨਸਾ ਸਾਹਿਬ ਨੂੰ ਵੀ ਮਿਲ ਰਹੇ ਹਾਂ ਇਸ ਸੰਬੰਧ 'ਚ ਤਾਂ ਕਿ ਮੰਤਰਾਲੇ ਨੂੰ ਹੁਕਮ ਕਰਕੇ ਸਾਡੇ ਬੱਚਿਆਂ ਨੂੰ ਜਲਦੀ ਜਲਦੀ ਸੇਫ ਹੈ ਜਿਹੜਾ ਸਾਡੇ ਤੱਕ ਪਹੁੰਚਾਇਆ ਜਾਵੇ ਅੱਜ ਅਸੀਂ ਪੰਜ ਪਰਿਵਾਰ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਯੂਕਰੇਨ ਦੇ ਵਿੱਚ ਮੈਡੀਕਲ ਦੀ ਸਟੱਡੀ ਕਰਨ ਗਏ ਨੇ ਉਹਨਾਂ ਦੇ ਸੰਬੰਧ ਵਿੱਚ ਇੱਥੋਂ ਦੇ ਮਾਣਯੋਗ DC ਮਾਨਸਾ ਨੂੰ ਮਿਲਣ ਆਏ ਹਾਂ ਕਿਉਂਕਿ ਅੱਜ ਕੱਲ੍ਹ ਜੋ ਉੱਥੇ ਯੂਕਰੇਨ ਦੇ ਵਿੱਚ ਲੜਾਈ ਦਾ ਮਾਹੌਲ ਬਣਿਆ ਉਸ ਕਰਕੇ ਬੱਚਿਆਂ ਦਾ ਦੀ ਪੜ੍ਹਾਈ ਵੀ ਰੁਕੀ ਹੈ ਔਰ ਬੱਚੇ ਆਪਣੇ ਰੂਮਾਂ ਅੰਦਰ ਹੀ ਟਾਈਮ ਪਾਸ ਕਰ ਰਹੇ ਨੇ ਇੱਕ ਸਾਨੂੰ ਇਹ ਇਤਰਾਜ਼ ਹੈ ਕਿ ਉੱਥੋਂ ਦੇ ਮੰਤਰਾਲਿਆਂ ਵੱਲੋਂ ਸਾਡੇ ਕੋਈ ਪੇਰੈਂਟਸ ਨੂੰ ਜਾਂ ਯੂਨੀਵਰਸਿਟੀ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਕਿ ਇੱਥੇ ਮਾਹੌਲ ਖਰਾਬ ਹੈ ਅਤੇ ਬੱਚਿਆਂ ਨੂੰ ਉੱਥੋਂ ਵਾਪਸ ਬੁਲਾਇਆ ਜਾਵੇ ਔਰ ਸਾਨੂੰ ਯਕਦਮ ਹੀ ਪਤਾ ਲੱਗਿਆ ਭਾਵੇਂ ਪਿਛਲੇ ਦਿਨ ਸਾਰੇ ਪਰਿਵਾਰ ਨੇ ਟਿਕਟਾਂ ਬੁੱਕ ਕਰਵਾ ਦਿੱਤੀਆਂ ਸੀਗੀਆਂ ਅਤੇ ਬੱਚਿਆਂ ਨਾਲ ਰਾਬਤੇ ਕਾਇਮ ਕਰਕੇ ਪਰ ਬੱਚੇ ਸਾਡੇ ਉੱਥੇ ਹੀ ਨੇ ਬੱਚੇ ਹਜੇ ਸਾਡੇ ਵਾਪਸ ਨਹੀਂ ਪਹੁੰਚੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਦੋਨੇ ਸਰਕਾਰਾਂ ਨੂੰ ਤੋਂ ਮੰਗ ਕਰਾਂਗੇ ਇੱਥੋਂ ਵਾਲੀ ਸਰਕਾਰ ਤੋਂ ਵੀ ਮੰਗ ਕਰਾਂਗੇ ਤਾਂ ਕਿ ਉਹਨਾਂ ਸਰਕਾਰਾਂ ਨਾਲ ਰਾਬਤਾ ਕਾਇਮ ਕਰਕੇ ਸਾਡੇ ਬੱਚਿਆਂ ਨੂੰ ਸੇਫ ਸਾਡੇ ਬੱਸ ਪਹੁੰਚਾਇਆ ਜਾਵੇ ਨਾਲ ਗੱਲਬਾਤ ਹੋਈ ਹੋਣੀ ਕਿਸ ਤਰ੍ਹਾਂ ਦੇ ਹਾਲਾਤ ਨੇ ਉੱਥੇ ਬੱਚਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਜੀ ਬੱਚਿਆਂ ਨੂੰ ਇਹ ਹੁਣ ਉਹਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਆਪਣੇ ਜਿੱਥੇ ਵੀ ਉਹ ਠਹਿਰੇ ਹੋਏ ਨੇ ਚਾਹੇ ਹੋਸਟਲ ਅੰਦਰ ਨੇ ਚਾਹੇ PG ਅੰਦਰ ਨੇ ਉਹ ਬਾਹਰ ਨਾ ਆਉਣ ਔਰ ਆਪਣਾ ਅੰਦਰ ਹੀ ਰਹਿਣ ਇਸ ਲਈ ਉਹ ਬੱਚਿਆਂ ਨੂੰ ਥੋੜ੍ਹੀ ਜਿਹੀ ਖਾਣ ਪੀਣ ਦੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਸਾਡੀ ਬੇਨਤੀ ਹੈ ਇਹ ਸਰਕਾਰਾਂ ਨੂੰ ਕਿ ਸਾਡੇ ਬੱਚਿਆਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਸੁਰੱਖਿਅਤ ਸਾਡੇ ਹਵਾਲੇ ਕੀਤਾ ਜਾਵੇ ਸੁਖਪ੍ਰੀਤ ਕੌਰ ਹੈ ਜੀ ਆਪਣੀ ਗੁੜੀਆ ਇਹਨੂੰ ਤੀਜੇ ਸਾਲ 'ਚ ਪੜ੍ਹਾਈ ਕਰਨ ਗਈ ਹੈ ਯੂਕਰੇਨ MBBS ਦਾ ਕੋਰਸ ਕਰ ਰਹੀ ਹੈ ਅਤੇ ਹੁਣ ਹਾਲਾਤ ਉੱਥੇ ਬਹੁਤ ਮਾੜੇ ਦੱਸ ਰਹੇ ਆ ਬੱਚੇ ਬੰਕਰ ਦੇ ਵਿੱਚ ਹੀ ਰਹਿ ਰਹੇ ਆ ਖਾਣੇ ਪਾਣੀ ਦਾ ਪ੍ਰਬੰਧ ਹੈ ਨਹੀਂ ਬੱਚਿਆਂ ਕੋਲ ਬਹੁਤ ਔਖੇ ਹਾਲਾਤਾਂ 'ਚੋਂ ਲੰਘ ਰਹੇ ਆ ਬੱਚੇ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਵੀ ਸਾਨੂੰ ਪਹਿਲਾਂ ਅਲਰਟ ਕਰਨਾ ਚਾਹੀਦਾ ਸੀ ਗੌਰਮੈਂਟ ਦਾ ਚਾਹੀਦਾ ਸੀ ਸਾਡੇ ਬੱਚੇ ਪਹਿਲਾਂ ਹੀ ਜੇ ਐਡਾ ਵੱਡਾ ਸਟੈਪ ਹੋਣਾ ਸੀਗਾ ਪਹਿਲਾਂ ਹੀ ਬੱਚੇ ਸਾਡੇ ਆਉਣੇ ਚਾਹੀਦੇ ਸੀਗੇ ਅਤੇ ਹੁਣ ਵੀ ਛੇਤੀ ਤੋਂ ਛੇਤੀ ਸਾਡੇ ਬੱਚਿਆਂ ਨੂੰ ਸੇਫ ਕੱਢਿਆ ਜਾਵੇ ਕਿਉਂਕਿ ਬੱਚਿਆਂ 'ਚ ਘਬਰਾਹਟ ਹੈ ਜੰਗ ਲੱਗੀ ਹੋਈ ਹੈ ਉੱਥੇ ਅਤੇ ਸਾਡੇ ਨੂੰ ਕਨੈਕਸ਼ਨ ਵੀ ਕਿਸੇ ਵੇਲੇ ਵੀ ਟੁੱਟ ਸਕਦਾ ਬੱਚਿਆਂ ਦਾ ਕੋਈ ਗੱਲਬਾਤ ਕੀ ਪਤਾ ਕਦੋਂ ਤੱਕ ਹੋਵੇ ਬੱਚਿਆਂ ਦੀ ਬਹੁਤ ਘਬਰਾਹਟ ਹੋਈ ਪਈ ਹੈ ਕਿੰਨੇ ਬੱਚੇ ਨੇ ਜਿਹੜੇ ਤੁਹਾਡੇ ਸੰਪਰਕ ਦੇ ਵਿੱਚ ਯੂਕਰੇਨ ਦੇ ਵਿੱਚ ਜੋ ਮਾਨਸਾ ਜ਼ਿਲ੍ਹੇ ਦੇ 10-12 ਬੱਚੇ ਹੈ ਜੀ ਜੋ ਕਿ ਕੋਈ ਪਹਿਲੇ ਸਾਲ 'ਚ ਗਿਆ ਕੋਈ ਦੂਸਰੇ ਸਾਲ 'ਚ ਹੈ ਕੋਈ ਤੀਜੇ 'ਚ ਹੈ ਕੋਈ ਪੰਜਵੇਂ 'ਚ ਹੈ ਇਸ ਤਰ੍ਹਾਂ ਨੇ ਬੱਚੇ ਕੋਈ ਬੱਚਿਆਂ ਨੂੰ ਪਹਿਲਾਂ ਅਲਰਟ ਨਹੀਂ ਕਰਿਆ ਗਿਆ ਬੱਚੇ ਆ ਕੇ ਆ ਨਹੀਂ ਰਹੇ ਸੀ ਉਹਨਾਂ ਨੂੰ ਕਹਿ ਰਹੇ ਸੀ ਵੀ ਕੋਈ ਜੰਗ ਨਹੀਂ ਹੋਣੀ ਤੁਸੀਂ ਜਾਣਾ ਨਹੀਂ ਹਾਲੇ ਬੱਚਿਆਂ ਨੇ ਤਾਂ ਕਰਕੇ ਬੱਚੇ ਟਿਕਟਾਂ ਬੁੱਕ ਨਹੀਂ ਕਰਾ ਰਹੇ ਪਰ ਇੱਕ ਲਗਤਾ ਅਟੈਕ ਹੋ ਗਿਆ ਇਹ ਸਾਨੂੰ ਕੋਈ ਪਤਾ ਨਹੀਂ ਸੀਗਾ ਇਸ ਬਾਰੇ ਵੀ ਐਸਲੋਟ ਹੋ ਜਾਏਗਾ ਭਾਰਤ ਸਰਕਾਰ ਤੋਂ ਇਹੀ ਮੰਗ ਕਰਦੇ ਵੀ ਸਾਡੇ ਬੱਚਿਆਂ ਨੂੰ ਸੇਫਟੀ ਨਾਲ ਛੇਤੀ ਛੇਤੀ ਉੱਥੋਂ ਕੱਢਿਆ ਜਾਵੇ ਕਿਉਂਕਿ ਬੱਚਿਆਂ 'ਚ ਬਹੁਤ ਘਬਰਾਹਟ ਹੈ ਸਾਡੇ 'ਚ ਵੀ ਬਹੁਤ ਘਬਰਾਹਟ ਹੈ ਅਤੇ ਕਿਰਪਾ ਕਰਕੇ ਛੇਤੀ ਛੇਤੀ ਸਾਡੇ ਬੱਚਿਆਂ ਦਾ ਕੋਈ ਹੀਲਾ ਕੀਤਾ ਜਾਵੇ
ਬਿਲਕੁਲ ਜੀ, ਇਹਨਾਂ ਦਾ ਕੱਲ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਤਾਲਮੇਲ ਹੋਇਆ ਸੀ। ਉਹਨਾਂ ਨੇ ਵੀ ਅੱਗੇ ਮਿਹਨਤ ਕੀਤੀਆਂ ਸੀ, ਉਹਨਾਂ ਦੇ ਵਿਦੇਸ਼ ਮੰਤਰਾਲਿਆਂ ਨਾਲ ਵੀ ਜਿਹੜਾ ਹੈ ਤਾਲਮੇਲ ਹੋ ਚੁੱਕਿਆ, ਤੇ ਅੰਬੈਸੀ ਨਾਲ ਜਿਹੜਾ ਹੈ ਹੋ ਚੁੱਕਿਆ ਤਾਲਮੇਲ। ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਹਰ ਹਾਲਤ 'ਚ ਬੱਚੇ ਜਿਹੜੇ ਆ ਸੇਫ ਕੱਢੇ ਜਾਣਗੇ, ਤੇ ਕੋਸ਼ਿਸ਼ ਹੈ ਉਹਨਾਂ ਦੀ, ਤੇ ਲਗਾਤਾਰ ਜਿਹੜਾ ਹੈ ਉਹ ਤਾਲਮੇਲ ਕਰ ਰਹੇ ਆ। ਤੇ ਸਾਨੂੰ ਵੀ ਨੀਚੇ ਉਹਨਾਂ ਨੇ ਆਦੇਸ਼ ਦਿੱਤੇ ਵੀ ਪਰਿਵਾਰਾਂ ਨਾਲ ਜਿਹੜਾ ਹੈ ਤੁਸੀਂ ਤਾਲਮੇਲ ਰੱਖੋ।